ਕੱਲ ਜਿਹੜਾ ਤੂਫਾਨ ਆਇਆ ਸੀ ਤੇ ਸਾਰਾ ਕੁਝ ਢਾ ਡੋ ਕੇ ਪਰੇ ਨੂੰ ਲੈ ਗਿਆ ਤੇ ਵੀਰਾ ਘਰ ਦਾ ਪਿਆ ਸੋਤਾ ਚ ਸਪੀਕਰ ਚੁੱਕ ਕੇ ਗੱਦੇ ਦੇ ਥੱਲੇ ਦੇ ਤਾ ਇਧਰੋਂ ਆ ਵੀ ਦੇ ਦੇ ਜੇ ਤੂੰ ਹੋਣ ਹੀ ਲਿਆਵਾਂ ਬਾਬੇ ਨੂੰ ਬੁਲਾ ਕੇ ਲਿਆਵਾਂ ਹੈਂ ਹਿੱਲੇਗਾ ਇੱਥੋਂ ਹਿੱਲ ਤਾਂ ਕਰੇਗਾ ਹੈਂ ਮੂੰਹ ਤੇ ਉਂਗਲ ਰੱਖ ਲਾ ਜੇ ਤੇਰੇ ਮੂੰਹ ਤੋਂ ਉਂਗਲ ਲੈ ਗਈ ਨਾ ਮੈਂ ਬਾਬੇ ਨੂੰ ਬੁਲਾ ਲਿਆਉਣਾ ਮੂੰਹ ਤੋਂ ਉਂਗਲ ਲੈ ਤੂੰ ਵੀ ਰੱਖ ਇੱਥੇ ਬੋਲ ਫਿਰ ਬੋਲ ਮੈਂ ਬਾਬੇ ਨੂੰ ਬੁਲਾ ਕੇ ਲਿਆਵਾਂ ਜੇ ਤੂੰ ਬੋਲਿਆ ਤੇ ਮੈਂ ਬਾਬੇ ਨੂੰ ਬੁਲਾ ਲਿਆਉਣਾ ਬੋਲੇਗਾ ਹੁਣ ਚਪੇੜ ਕਿੱਥੇ ਵੱਜਣੀ ਹੈ ਮੈਨੂੰ ਮਾਰੀ ਨਾ ਹੈਨਾ ਤੇਰੀ ਦਾਦੀ ਨੇ ਮਾਰੀ ਮੇਰੇ ਤੇ ਬਦਲਾ ਕਿਹਨੇ ਲੈਣਾ ਬਦਲਾ ਕਿਹਨੇ ਲੈਣਾ ਤੂੰ ਲੈਣਾ ਨਾ ਲੈ ਬਦਲਾ ਫਿਰ ਬਦਲਾ ਲੈ ਇਹਨੇ ਮੇਰੇ ਚਪੇੜ ਕਪੜ ਕਰੀ ਜੇ ਪਾਤਰ ਟੈਂਟ ਲਾਉਣ ਚਾਨਣੀਆਂ ਲਾਉਣੀਆਂ ਬੜੀ ਧੁੱਪ ਰੋਕਣ ਵਾਸਤੇ ਤੁਕਾ ਜੋ ਮਲੇਰ ਕਾਨੋ ਤਿੰਨਾ ਮਾ ਪਰੀ ਫਰੀਦਾ ਇਹ ਤਨ ਭੰਗਣਾ ਜਦ ਦੁਖਿਆ ਕੌਣ ਠਾਏ ਕਹੀਦਾ ਇੱਕੋ ਓੰਕਾਰੋ ਸਤਨਾਮ ਕਰਤਾ ਪੁਰਖ ਮਿਲੇ ਦਾਨ ਸੰਤਰੇ ਨਾ ਕੌਣ ਕਰਨਾ ਉੱਠ ਕੇ ਸੇਵਾ ਕਰ ਲੋ ਚੁਗਲੀਆਂ ਨੇ ਕੁਛ ਨੀ ਦੇਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਤੁਹਾਡੇ ਆਪਣੇ ਯੂਟਿਊਬ ਚੈਨਲ ਨਾਮ ਹੈਪੀ ਪੁੱਲਰ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਆਪਾਂ ਤੁਹਾਨੂੰ ਪਤਾ ਹੀ ਆ ਕਿ ਵਿੱਚ ਵਿਚਾਲੇ ਵਾਲੀ ਕੰਡੀਸ਼ਨ ਦੇ ਵਿੱਚ ਅਤੇ ਅੱਜ ਖੰਡਪਾਠ ਸਾਹਿਬ ਦਾ ਭੋਗ ਪੈਣਾ ਆ ਹੈ ਨਾ ਅਤੇ ਆਲਮੋਸਟ 8:30 ਹੋ ਗਿਆ ਅਤੇ ਆਪਾਂ ਰੈਡੀ ਹੋ ਗਏ ਹਾਂ 5:30 ਦੇ ਉੱਠਿਆ ਮੈਂ ਖਾਸ ਟਾਈਮ ਨਾਲ ਨਹੀਂ ਉੱਠਿਆ ਕਿ ਰਾਤ ਨੂੰ ਪੈਂਦੇ ਪੈਂਦੇ ਹਨੇਰਾ ਹੋ ਜਾਂਦਾ ਅਤੇ ਸਾਰਾ ਦਿਨ ਦੀ ਭਾਈ ਦੌੜ 'ਚ ਵੀ ਬੰਦਾ ਥੱਕ ਜਾਂਦਾ ਸੋ ਜਿੰਨਾ ਕੋਈ ਵਲੋਗ ਬਣਿਆ ਸ਼ੂਟ ਕਰਾਂਗੇ ਬਟ ਮੈਨੂੰ ਲੱਗਦਾ ਕਿ ਅੱਜ ਵਲੋਗ ਦਾ ਜ਼ਿਆਦਾ ਬੰਨਾ ਨਹੀਂ ਮੈਂ ਤਿਆਰ ਵੀ ਬਸ 2 ਮਿੰਟਾਂ 'ਚ ਹੋ ਗਿਆ ਅਤੇ ਮੇਕ ਸ਼ੋਰ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਸੋ ਜਿਹਨੇ ਜਿਹਨਾਂ ਨਹੀਂ ਕੀਤਾ ਕਰ ਲਓ ਹੁਣ ਬੜੇ ਘੈਂਟ ਘੈਂਟ ਵਲੋਗ ਆਉਣ ਵਾਲੇ ਆ ਹੈ ਨਾ ਅਤੇ ਬਾਕੀ ਇੰਸਟਾਗ੍ਰਾਮ ਨਾਮ ਹੈ ਵੀ ਪੁੱਲਰ ਨਾਮ 07746 ਹਰਪ੍ਰੀਤ ਭੁੱਲਰ 07746 ਸਨੈਪਚੈਟ ਭੁੱਲਰ 07746 ਨਵ 07746 ਅਤੇ ਅਨਮੋਲ ਦਾ ਯੂਟਿਊਬ ਚੈਨਲ ਉਹਨੂੰ ਵੀ ਕਰੋ ਸਬਸਕ੍ਰਾਈਬ ਅਤੇ ਚਲੋ ਠੀਕ ਆ ਮਿਲਦੇ ਹਾਂ ਅੱਗੇ ਅੱਗੇ ਪਰਫਿਊਮ ਪਾ ਲਈਏ ਬਣਾ ਰਿਹਾ ਉਹ ਗੋਪੀ ਮੋਢਾ ਬਾਹਰ ਆਏ ਨਾ ਤੇਰਾ ਜ਼ਿਆਦਾ ਭਾਰੀ ਤਾਂ ਨਹੀਂ ਵੇਖ ਲਾ ਪੱਖਿਆਂ ਦਾ ਵੀ ਕਰ ਦਿਓ ਅੰਦਰ ਅੰਦਰ ਤੇ ਕੂਲਰ ਕਰ ਅੰਦਰ ਕੂਲਰ ਦਾਲ ਕਾ ਗਰਮ ਮਖ ਮਲੇ ਨਾ ਮਿਸਰਾ ਵੋ ਮਿਲੇ ਫਿਰ ਜਨਾਰ ਮੇਰ ਸੂਰਾ ਕੋ ਕਾ ਕਰੂ ਮਾ ਕਰੂ ਦਾਨ ਪ੍ਰਸਾਦ ਗੁਰ ਮਿਲਿਆ ਹੈ ਪਰਮਾਤਮਾ ਹੈ
ਕੀ ਹੈ ਪਰਿਤਨ ਸਤੀ ਛੜਾਈ ਬਿਰਨਾ ਵੈ ਸਭ ਦੁੱਖ ਹੈ ਦੁਖਦਾਈ ਕਿਹੜਾ ਛਾਲਣਾ ਕੀ ਕਰਨਾ ਕਿਹੜੇ ਬੰਨੇ ਆ ਰੱਖੀਏ ਕਿ ਸਰੋਪੇ ਤਾਂ ਯਾਰ ਉਵੇਂ ਸਿੱਧੇ ਕਰਕੇ ਰੱਖ ਦਿੰਦੇ ਕਿ ਉਦੋਂ ਨਾਲ ਨਾਲ ਉਦੋਂ ਕਰੀ ਜਾਂਦੇ ਹੁੰਦੇ ਉਹ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਕਪਾਹ ਅੰਦਰ ਮਰਦਾ ਵੀ ਚਮਨ ਨਾ ਬਾਪੂ ਤੇਰੇ ਮੈਂ ਨਾ ਹੀ ਹੋਏ ਜਦੋਂ ਕਿਤੇ ਪਾਸ ਨਾ ਹੋਏ ਵਾਰ ਕਾਲ ਬਾਣੀ ਤਲ ਮਾਉ ਹੋ ਸਾ ਸੁਹਾਂਗ ਦਾ ਮਨ ਚਾਉ ਨਾਨਕ ਦੇ ਕਰ ਹੱਥ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾ ਸਾਹਿਬ ਪੰਜਾ ਸਾਹਿਬ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਜੇ ਸੇਵਕਾਂ ਦੇ ਤੁੱਠੇ ਜੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੋ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸਿੱਖ ਸੇਵਕ ਭਾਈ ਸਾਹਿਬ ਭਾਈ ਕਾਬਲ ਸਿੰਘ ਫੌਜੀ ਸਾਹਿਬ ਸਮੂਹ ਪਰਿਵਾਰ ਤੇ ਮਹਾਨ ਮਹਾਨ ਬਖਸ਼ਿਸ਼ ਕੀਤੀ ਜੀ ਜੈਨ ਸਰ ਮਾਈਕ ਪਿਆ ਏ ਬਸ ਠੀਕ ਹੈ ਕਹਿੰਦੇ ਨੇ ਕੋਈ ਵੀ ਪ੍ਰੋਗਰਾਮ ਦਾ ਆਗਾਜ਼ ਕਰਨਾ ਹੋਵੇ ਉਸ ਮਾਲਕ ਨਾਲ ਸੱਚੇ ਪਾਤਸ਼ਾਹ ਦੇ ਨਾਲ ਲੈਣਾ ਬਹੁਤ ਜ਼ਰੂਰੀ ਹੈ ਸੋਹਣੇ ਸੋਹਣੇ ਚਿਹਰੇ ਨੇ ਸਾਡੇ ਵਿੱਚ ਪਹੁੰਚ ਚੁੱਕੇ ਨੇ ਕਿੱਥੇ ਪਹੁੰਚੇ ਨੇ ਕਿੱਥੇ ਆ ਸੋਹਣੀ ਦੱਸ ਕਿੱਥੇ ਸੋਹਣੇ ਦੱਸ ਕਿੱਥੇ ਆ ਸੋਹਣੇ ਮੇਰੇ ਸੋਹਣੇ ਸੋਹਣੇ ਵੀਰਾਂ ਮੇਰੀਆਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਹਮਣੇ ਪੇਸ਼ ਨੇ ਗੋਪੀ ਜੀ ਦਾ ਸਪੀਕਰ ਦਾ
मेरे भी 1 2 3 रजे हेलो हेलो राजू राजू भौजी नाम करना चाहू।
ਕਬੀਰ ਜੀ ਤੈਨੂੰ ਤਾਂ ਸਮਝ ਨਹੀਂ चल एक एक घुट सारे दे दे दो पैप्सी होगी दो फैंटा एक स्प्राइट ठीक है तो फैंटे ना मेरे और फ्री है कि लैस से बिचो ठीक है बखा पहला हाँ ये भी नहीं दिखा अनमोल कि जाओ दो मिनट भजो एक जना और चलो कि नहीं जाना तू जाना जा उत्ते आओ सुट दो ना एड़े ओए पुल्लर साहब ओए एक मिनट से चप्पल पा के जाने शाम को पा ले चल एक मिनट मम्मी जी बैठो ਰੋਜ਼ ਲਾ
हाथ कर लो बात चढ़ाया कि नहीं उत्ते चढ़ाया कि नहीं है फतेह चढ़ाया कि नहीं चक दे खटन तो दो ਪਹਿਲਾਂ ਤਾਂ ਤੁਹਾਡਾ ਥੈਂਕ ਯੂ ਕਿ ਇੰਨਾ ਪਿਆਰ ਕਰਦੇ ਹੋ ਤੁਸੀਂ ਵਲੌਗ ਐਡਾ ਵੱਡਾ ਸੀ ਹਨਾ ਲਾਸਟ ਤੱਕ ਆ ਗਏ ਹਾਂ ਸੋ ਥੈਂਕ ਯੂ ਬੜਾ ਵਧੀਆ ਲੱਗਦਾ ਇੱਦਾਂ ਹਨਾ ਕਿ ਸਾਰੇ ਐਂਡ ਤੱਕ ਵਲੌਗ ਦੇਖਦੇ ਹਾਂ ਚਲੋ ਐਡਿਟ ਕਰਨ 'ਤੇ ਥੋੜ੍ਹੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਥੋੜ੍ਹੀ ਬਹੁਤ ਨਹੀਂ ਕਾਫੀ ਮਿਹਨਤ ਲੱਗਦੀ ਐਡਿਟ ਵਗੈਰਾ ਕਰਨ 'ਤੇ ਵੀ ਬਣਾਉਣ 'ਤੇ ਵੀ ਸੋ ਵਧੀਆ ਲੱਗਦਾ ਹਨਾ ਜਦੋਂ ਲਾਸਟ ਤੱਕ ਕਰਾਉਂਦੇ ਹਾਂ ਸੋ ਥੈਂਕ ਯੂ ਪਹਿਲਾਂ ਤਾਂ ਬਹੁਤ ਬਹੁਤ ਇੰਨਾ ਜ਼ਿਆਦਾ ਪਿਆਰ ਦੇਣ ਲਈ ਅਤੇ ਕਿੱਦਾਂ ਫਿਰ ਵੇਖ ਲਿਆ ਵਲੌਗ ਤੁਹਾਡੀ ਸਾਰਿਆਂ ਦੀ ਬੜੀ ਡਿਮਾਂਡ ਯਾਰ ਏਅਰਪੋਰਟ ਵਲੌਗ ਦੀ ਏਅਰਪੋਰਟ ਵਲੌਗ ਦੀ ਸੋ ਯਾਰ ਚੱਕਰ ਪਤਾ ਕੀ ਹੈ ਕਿਉਂ ਨਹੀਂ ਪਾਉਂਦੇ ਪਏ ਇਹ ਸਾਰੇ ਵਲੌਗ ਜਿੰਨੇ ਵੀ ਆ ਐਡਿਟ ਕੀਤੇ ਪਏ ਆ ਹਨਾ ਸੋ ਏਅਰਪੋਰਟ ਵਲੌਗ ਵਗੈਰਾ ਸਾਰਾ ਐਡਿਟ ਕਰਨ ਵਾਲਾ ਪਿਆ ਸੋ ਅੱਜ ਮੈਂ ਲੱਗ ਗਿਆ ਅਤੇ ਕਰ ਹੀ ਦਿੱਤਾ ਆਲਮੋਸਟ ਐਡਿਟ ਥੋੜ੍ਹਾ ਜਿਹਾ ਰਹਿ ਗਿਆ ਆਹ ਵੈਸੇ ਜਿਹੜਾ ਤੁਸੀਂ ਵਲੌਗ ਵੇਖ ਲਿਆ ਲਾਸਟ ਵਲੌਗ ਹੀ ਕਹਿ ਲਓ ਉਸ ਤੋਂ ਬਾਅਦ ਹਨਾ ਦੋ ਵਲੌਗ ਆ ਦੋ ਵਲੌਗ ਉਹ ਵੀ ਇਵੇਂ ਹੀ ਆ ਕਿ ਇਵੇਂ ਹੀ ਕਹਿ ਲਓ ਕਿ ਇੱਕ ਮਿੰਟ ਦੋ ਵਲੌਗ ਵੀ ਨਹੀਂ ਕਹਿ ਲਓ ਉਹ ਵੀ ਤੁਸੀਂ ਏਅਰਪੋਰਟ ਵਲੌਗ ਦੇ ਪਾਰਟ ਜੇ ਹੀ ਕਹਿ ਲਓ ਕਿ ਸਮਝ ਲਓ ਇਸ ਤੋਂ ਬਾਅਦ ਏਅਰਪੋਰਟ ਵਲੌਗ ਉਸ ਮੇਰੇ ਟਰੈਵਲ ਸੀਰੀਜ਼ ਦੇ ਵਲੌਗ ਹੀ ਆਉਣੇ ਇੱਕ ਹਿਸਾਬ ਨਾਲ ਬਸ ਆਹੀ ਲਾਸਟ ਵਲੌਗ ਹੀ ਸੀ ਅਤੇ ਹੁਣ ਇਸ ਤੋਂ ਬਾਅਦ ਬਸ ਉਹ ਅੱਧਾ ਕੋਈ ਐਡਿਟ ਯਾਰ ਹੋਰ ਨਹੀਂ ਕੋਈ ਚੱਕਰ ਹਨਾ ਕਿ ਐਡਿਟ ਕਰਨ ਵਾਲੇ ਵਲੌਗ ਏਅਰਪੋਰਟ ਵਲੌਗ ਕਾਫੀ ਲੰਮਾ ਚੌੜਾ ਵਲੌਗ ਬਣਿਆ ਹਨਾ ਮੈਨੂੰ ਤਾਂ ਦੋ ਪਾਰਟਸ ਦੇ ਵਿੱਚ ਪਾਉਣਾ ਪੈਣਾ ਹੈ ਸੋ ਮੈਂ ਦੇਖਦਾ ਕਿੱਦਾਂ ਕਿਉਂਕਿ ਜਿੰਨਾ ਕੁ ਮੈਂ ਐਡਿਟ ਕਰ ਚੁੱਕਾ 30 ਮਿੰਟਾਂ ਦਾ ਤਾਂ ਐਡਿਟ ਹੋ ਚੁੱਕਾ ਹੈ 30 ਮਿੰਟਾਂ ਦਾ ਬਣ ਚੁੱਕਾ ਹੈ ਹਜੇ ਅੱਗੇ ਕਾਫੀ ਪਿਆ ਹੈ ਸੋ ਜ਼ਿਆਦਾ ਲੰਮਾ ਜਿਹਾ ਹੋਏ ਨਾ ਸੋ ਉਹ ਆਪਾਂ ਨੂੰ ਦੋ ਪਾਰਟਸ ਦੇ ਵਿੱਚ ਕਰਾਂਗੇ ਹੈ ਨਾ ਸੋ ਇਹ ਚੀਜ਼ ਹੈ ਯਾਰ ਜਿਹਦੇ ਕਰਕੇ ਪਾਉਂਦਾ ਨਹੀਂ ਪਿਆ ਥੋੜ੍ਹਾ ਜਿਹਾ ਟਾਈਮ ਨਹੀਂ ਲੱਗਦਾ ਪਿਆ ਕੈਨਡ ਆਇਆ ਹਜੇ 1 ਵੀਕ ਹੋਇਆ ਸੋ
ਥੋੜ੍ਹਾ ਬਹੁਤ ਹੈ ਨਾ ਟਾਈਮ ਵਗੈਰਾ ਵੀ ਸਪੈਂਡ ਕਰਨਾ ਹੁੰਦਾ ਸੋ ਇਹ ਚੀਜ਼ਾਂ ਰੀਜ਼ਨ ਕਰਕੇ ਇਹ ਵਲੋਗ ਸਾਰੇ ਐਡਿਟ ਕੀਤੇ ਪਏ ਆਲਮੋਸਟ ਰਹਿੰਦੇ ਵੀ ਆ ਮਾੜੇ ਮੋਟੇ ਸੋ ਇਹ ਤਾਂ ਕਰਕੇ ਵਲੋਗ ਪਾਈ ਜਾਂਦੇ ਆ ਸੋ ਬਸ ਲਾਸਟ ਸੀ ਸੋ ਹੁਣ ਬਸ ਬੀ ਰੈਡੀ ਅਤੇ ਆ ਹੀ ਗਿਆ ਸਮਝੋ ਏਅਰਪੋਰਟ ਵਲੋਗ ਆ ਹੀ ਗਿਆ ਹੁਣ ਮਤਲਬ ਟਰੈਵਲ ਸੀਰੀਜ਼ ਹੀ ਸ਼ੁਰੂ ਹੋਣੀ ਆ ਸੇ ਟਰੈਵਲ ਸੀਰੀਜ਼ ਦੇ ਵਿੱਚ ਵੀ ਦੋ ਅਗਲੇ ਵਲੋਗ ਆ ਹੈ ਨਾ ਉਸ ਤੋਂ ਤੀਜਾ ਵਲੋਗ ਆ ਜਿਹੜਾ ਉਹ ਏਅਰਪੋਰਟ ਦਾ ਹੋਊਗਾ ਸੋ ਬਾਕੀ ਫਿਰ ਵੀ ਉਹਨਾਂ ਯਾਰ ਤੈਨੂੰ ਮੈਂ ਕੁਛ ਨਹੀਂ ਕਹਿੰਦਾ ਯਾਰ ਮੈਂ ਅਤੇ ਉਹਨਾਂ ਦੇ ਵਿੱਚ ਬਾਕੀ ਤੁਹਾਨੂੰ ਅਗਲੇ ਵਲੋਗਸ ਦੇ ਵਿੱਚ ਹੈ ਨਾ ਚੰਗੀ ਤਰੀਕੇ ਨਾਲ ਜਿਹੜੀ ਅਗਲੇ ਦੋ ਵਲੋਗ ਉਹਨਾਂ ਦੇ ਵਿੱਚ ਆਪਾਂ ਦੱਸ ਦਾਂਗੇ ਕਿੰਨੀ ਤਰੀਕ ਨੂੰ ਆਪਾਂ ਪਾਵਾਂਗੇ ਵੈਸੇ ਤਾਂ ਦੋ ਚਾਰ ਦੋ ਤਿੰਨਾਂ ਦਿਨਾਂ ਦੇ ਵਿੱਚ ਆ ਜਾਣਾ ਏਅਰਪੋਰਟ ਵਲੋਗ ਵੀ ਬਟ ਫਿਰ ਵੀ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਆਪਾਂ ਦੱਸ ਦਾਂਗੇ ਕਿ ਆਪਾਂ ਕਿੱਦਣ ਪਾਉਣ ਡੇ ਏਅਰਪੋਰਟ ਵਲੋਗ ਅਤੇ ਹੋ ਮੇਕ ਸ਼ੋਰ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਹੋਣਾ ਹੈ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਆਵੇ ਤੁਹਾਨੂੰ ਪਤਾ ਲੱਗ ਜੇ ਬਹੁਤ ਡਿਮਾਂਡ ਆ ਤੁਹਾਡੀ ਸਾਰਿਆਂ ਦੀ ਅਤੇ ਬਾਕੀ ਥੈਂਕ ਯੂ ਤੁਸੀਂ ਇੰਨਾ ਪਿਆਰ ਦਿੰਦੇ ਹੈ ਨਾ ਇੰਨੇ ਕਮੈਂਟਸ ਦੇਖ ਕੇ ਖੁਸ਼ੀ ਹੁੰਦੀ ਆ ਸੋ ਇੱਕ ਉਹ ਵੀ ਹੁੰਦਾ ਹੈ ਕਿ ਹੈ ਨਾ ਕਿ ਚਲੋ ਪਾਇਆ ਨਹੀਂ ਜਾਂਦਾ ਪਿਆ ਕਿਉਂ ਬਿਕੋਜ਼ ਐਡਿਟ ਕਰਨ ਵਾਲੇ ਪਏ ਆ ਸੋ ਸਮਝ ਲਓ ਐਡਿਟ ਹੋ ਗਿਆ ਸਭ ਕੁਛ ਹੋ ਗਿਆ ਸੋ ਬਸ ਬੈੱਲ ਆਈਕਨ ਪ੍ਰੈਸ ਕਰ ਲਓ ਅਤੇ ਸਬਸਕ੍ਰਾਈਬ ਕਰ ਲਓ ਜਿਹਨਾਂ ਨਹੀਂ ਕੀਤਾ ਅਤੇ ਬਾਕੀ ਇੰਸਟਾਗ੍ਰਾਮ ਵਗੈਰਾ 'ਤੇ ਵੀ ਫੋਲੋ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗੇ ਨੇ ਸਾਰੇ ਸੋ ਚਲੋ ਮਿਲਦੇ ਹਾਂ ਜਲਦੀ।